लो चाय पी लो। चाय तू ही गली बना के ले आ जाए, मैं आज दे दिंदा, मैं बना दिंदी। ले फिर की है, दो कप चाय बनानी ही जे मैं बना लेंदी तेरी विच कड़ी बड़ी गल होगी। तो फिर की ही, कोई गल नहीं। नाले ना मम्मी ठीक नहीं है। क्यों होया मम्मी नु? पता नहीं, मैं हुणे गया हैगा, मम्मी कहंदे सी रात दा बुखार ही मैनू। अच्छा, सारी रात कहंदे मैं सुती नहीं। चलो कोई गल नहीं, मैं पता ला लैनी आ। ते नाले जल्दी जल्दी उठ के ते काम कुम नबेड़ लो। याद है ना जे पहला दिन है कॉलेज दा? हाँ जी, मैनू याद आ। कोई गल नहीं, पियो चाय तुसीं। चलो चाह पी लो, मैं भी तुहाडा हैल्प करा दिंदा। ठीक है। ਹੋਰ ਭੈਣ ਜੀ ਸੁਣਾਓ, ਕੀ ਕਰੀ ਜਾਣ ਡੇ ਜੇ? ਕੁਛ ਨਹੀਂ, ਆ ਜਾ ਆ ਜਾ, ਬਹਿ ਜਾ। ਮੈਂ ਤੇ ਬਹਿਣ ਆ ਗਈ ਆ। ਕੀ ਗੱਲ, ਹੁਣ ਤੇ ਮੁੰਡੇ ਦਾ ਵਿਆਹ ਕਰਤਾ ਤੇ ਨੂੰਹ ਘਰ ਆ ਗਈ ਆ, ਤੇ ਤੁਸੀਂ ਤੇ ਘਰੋਂ ਬਾਹਰ ਨਿਕਲਦੇ ਹੀ ਨਹੀਂ ਹੋ। ਹਜੇ ਵੀ ਕੰਮ ਕਰ ਨਹੀਂ ਤੁਹਾਡੇ ਮੁੱਕਦੇ। ਤੇ ਨਾਲ ਇਹ ਦੱਸੋ, ਨੂੰਹ ਨੀ ਤੁਹਾਡੀ ਕਿਤੇ ਲੱਭਦੀ? ਕਿਤੇ ਗਈ ਆ, ਪੇਕਿਆਂ ਤੇ ਗਈ ਆ? ਨਾ ਨਾ, ਪੇਕੇ ਕੀ ਜਾਣਾ ਉਹਨੇ, ਉਹ ਤੇ ਮੁੰਡੇ ਨੇ ਪੜ੍ਹਨ ਲਾਤੀ ਆ ਕਾਲਜ, ਉਹ ਤੇ ਚਲ ਜਾਂਦੀ ਆ ਕਾਲਜ। ਅੱਛਾ, ਪੜ੍ਹਨ ਲਾਤੀ ਆ, ਕੀ ਗੱਲ? ਆਂਦੀ ਆ ਮੈਂ ਨਰਸ ਬਣਨ ਆਇਆ। ਅੱਛਾ, ਨਰਸ ਬਣਨਾ ਨਾ, ਤੇ ਮੁੰਡਾ ਤੇਰਾ ਕੀ ਕਹਿੰਦਾ ਵਾ? ਮੁੰਡੇ ਨੇ ਤੇ ਲਾਤੀ ਕਾਲਜ ਪੜ੍ਹਨੇ, ਮੁੰਡੇ ਨੂੰ ਤੇ ਉਹਨੇ ਮਗਰ ਲਾ ਲਿਆ ਝੱਟ। ਅੱਛਾ, ਨਾਲੇ ਮੁੰਡੇ ਨੇ ਵਿਆਹ ਹੀ ਕਰਾਉਣਾ ਸੀ ਨਰਸ ਨਾਲ, ਤੇ ਪਹਿਲਾਂ ਹੀ ਨਰਸ ਲੱਭ ਲੈਂਦਾ ਹਾਂ, ਹੁਣ ਜੋ ਉਹਨੂੰ ਪੜ੍ਹਾਈਆਂ ਤੇ। ਨਹੀਂ, ਮੁੰਡਾ ਹੁਣ ਜੋ ਨਰਸ ਬਣਾਉਣ ਡਿਆ ਵਾ, ਤੇ ਪਹਿਲਾਂ ਹੀ ਨਰਸ ਨਾਲ ਵਿਆਹ ਕਰ ਲੈਂਦਾ ਹਾਂ, ਤੇ ਨਾਲੇ ਤੁਸੀਂ ਸੌਖੇ, ਤੇ ਨਾਲੇ ਕੁੜੀ ਸੌਖੀ, ਨਾਲੇ ਮੁੰਡਾ ਸੌਖਾ ਹੋ ਜਾਣਾ ਸੀ। ਹੁਣ ਜੋ ਇੰਨੀਆਂ ਪੜ੍ਹਾਈਆਂ ਤੇ ਖਰਚੇ ਲੱਗਣੇ, ਫਿਰ ਨਾਲੇ ਤੂੰ ਮਗਰੋਂ ਕੰਮ ਕਾਰ ਕਰਦੀ ਰਹੇਗੀ, ਉਹਨੇ ਤੇ ਤਿਆਰ ਹੋ ਕੇ ਚੁੱਪ ਕਰਕੇ ਚੱਲ ਜਾਣਾ ਕਰਨਾ ਕਾਲਜ। ਨੀ, ਮੈਂ ਤੇ ਬਥੇਰਾ ਕਿਹਾ ਸੀ, ਮੁੰਡਾ ਮੇਰੀ ਕਿੱਥੇ ਮੰਨਦਾ ਸੁਣਦਾ ਆ, ਮੁੰਡਾ ਤੇ ਮੇਰੀ ਨੂੰਹ ਨੇ ਝੱਟ ਮਗਰ ਲਾ ਲਿਆ ਆ। ਅੱਛਾ, ਤੇ ਜੇ ਹੁਣ ਫਿਰ ਕੀ ਕਰਨਾ? ਤੈਨੂੰ ਇੱਕ ਸਲਾਹ ਵੈਸੇ ਦੇ ਦਾਂ। ਕਿਹੜੀ ਸਲਾਹ? ਤੂੰ ਆਉਂ ਕਰ, ਉਹਦੇ ਪੇਕਿਆਂ ਨੂੰ ਫੋਨ ਲਾ, ਉਹਦੇ ਭਰਾ ਨੂੰ, ਉਹਦੀ ਮਾਂ ਨੂੰ ਦੱਸ ਕਿ ਤੁਹਾਡੀ ਕੁੜੀ ਨੇ ਤੇ ਮੇਰਾ ਮੁੰਡਾ ਪਿੱਛੇ ਲਾ ਲਿਆ ਵਾ, ਤੇ ਉਹ ਤੇ ਜੁਰਮਾਨਾ ਚੱਲ ਜਾਂਦੀ ਕਾਲਜ, ਤੇ ਮੈਂ ਸਾਰੀ ਦਿਹਾੜੀ ਕੰਮ ਕਾਰ ਕਰਦੀ ਰਹਿੰਦੀ ਹਾਂ। ਮੈਂ ਤੇ ਉਹਨੂੰ ਤਾਂ ਵਿਆਹ ਕੇ ਲਈ ਹਾਂ ਕਿ ਉਹ ਮੇਰੇ ਘਰ ਦਾ ਕੰਮ ਕਾਰ ਕਰੇਗੀ, ਤੇ ਮੈਂ ਮੰਜੀ ਤੇ ਬਹਿ ਕੇ ਬੁੱਢੇ ਬਾਰੇ ਰੋਟੀ ਖਾਵਾਂਗੀ। ਮੈਂ ਤੇ ਇਹ ਗੱਲ ਸੋਚੀ ਨਹੀਂ, ਅੱਜ ਹੀ ਮੈਂ ਕਰਦੀ ਇਹਦੇ ਭਰਾ ਨੂੰ ਫੋਨ, ਕਹਿੰਦੀ ਹਾਂ ਫਿਰ ਉਹਨੂੰ। ਚੱਲ ਭੈਣਾ, ਤੂੰ ਸੋਚ ਕੇ ਤੇ ਕਰ ਫੋਨ, ਮੈਂ ਹੁਣ ਚੱਲਦੀ ਹਾਂ। ਚੰਗਾ, ਬਹਿ ਜਾ, ਚਾਹ ਨਹੀਂ ਪੀਣੀ? ਨਹੀਂ, ਚਾਹ ਮੈਂ ਕਿਸੇ ਦਿਨ ਫਿਰ ਪੀਵਾਂਗੀ, ਤੂੰ ਆਪਣੀ ਨੂੰਹ ਦਾ ਮਸਲਾ ਹੱਲ ਕਰ। ਹੁਣ ਇਹ ਕਰਦੀ ਨਾ ਇਹਦੇ ਭਰਾ ਨੂੰ ਫੋਨ, ਕਰਦੀ ਇਹਦੇ ਨਾਲ ਮੈਂ ਗੱਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮਾਸੀ ਜੀ। ਸਤਿ ਸ਼੍ਰੀ ਅਕਾਲ ਕਾਕਾ, ਗੱਲ ਸੁਣ ਮੇਰੀ। ਹਾਂਜੀ। ਵਿਚੋਲੇ ਨੂੰ ਲੈ ਕੇ ਤੇ ਮੇਰੇ ਘਰ ਹੁਣੇ ਆ, ਜਾਂ ਤੇ ਆਪਣੀ ਭੈਣ ਨੂੰ ਸਮਝਾ ਜਾ ਤੇ ਜਾਂ ਇਹਨੂੰ ਨਾਲ ਲੈ ਜਾ। ਮਾਸੀ ਜੀ, ਕੀ ਗੱਲ ਹੋ ਗਈ, ਬੜੇ ਗੁੱਸੇ ਜੇ ਜੇ ਆਉਂਦਾ ਨਾ ਇੱਥੇ, ਤੇ ਇਹਦੇ ਨਾਲ ਕਰਦੀ ਆ ਮੈਂ ਗੱਲ। ਮੈਂ ਸੋਚਣੀ ਸੀ ਕਿ 3 ਸਾਲ ਦਾ ਕੋਰਸ ਆ, ਅਤੇ ਜਾਣ 'ਚ ਕਿੰਨਾ ਟਾਈਮ ਲੱਗ ਜਾਂਦਾ, ਘੰਟਾ ਜਾਣ 'ਚ ਲੱਗ ਜਾਂਦਾ ਅਤੇ ਘੰਟਾ ਹੀ ਆਉਣ 'ਚ, 2 ਘੰਟੇ ਤਾਂ ਮੇਰੇ ਇੱਦਾਂ ਹੀ ਖਰਾਬ ਹੋ ਜਾਂਦੇ ਆ, ਅਤੇ ਘਰ ਆ ਕੇ ਵੀ ਕੰਮ ਕਰਨਾ ਹੁੰਦਾ ਅਤੇ ਜਾਣ ਲੱਗੇ ਨੇ ਵੀ ਕੰਮ ਕਰਕੇ ਜਾਣਾ। ਅਤੇ ਯਾਰ ਹੁਣ ਕੀ ਕਰੀਏ ਫਿਰ, ਆਪਣੇ ਹੁਣ ਪਿੰਡ ਦੇ ਲੱਗਦੇ ਕੋਈ ਨਰਸਿੰਗ ਕੋਲੇਜ ਹੈਗਾ ਨਹੀਂ ਆ, ਜਾਣਾ ਤਾਂ ਸ਼ਹਿਰ ਹੀ ਪੈਣਾ ਆ। ਉਹ ਜਾਣਾ ਤਾਂ ਪੈਣਾ ਹੀ ਆ, ਅਤੇ ਸਟੱਡੀ ਕਰਨ ਦਾ ਤਾਂ ਮੇਰਾ ਟਾਈਮ ਹੀ ਨਹੀਂ ਲੱਗਣਾ, ਫਿਰ ਰਾਤ ਨੂੰ ਹੀ ਆ ਕਿਤੇ ਪੜ੍ਹ ਲਾਂ, ਤੂੰ ਤਾਂ ਉੱਦਾਂ ਨੀਂਦ ਆ ਜਾਂਦੀ ਥੱਕ ਥੁੱਕ ਕੇ। ਯਾਰ ਕੀ ਕਰੀਏ ਫਿਰ, ਤੂੰ ਦੱਸ। ਜੇ ਮੇਰੀ ਮੰਨੋ ਨਾ, ਤਾਂ ਆਪਾਂ ਕਿਤੇ ਕਾਲਜ ਦੇ ਲਾਗੇ ਹੀ ਘਰ ਲੈ ਲੈਂਦੇ ਹਾਂ ਰੈਂਟ 'ਤੇ। ਯਾਰ ਰੈਂਟ 'ਤੇ? ਹਾਂਜੀ।
ਯਾਰ ਸੰਦੀਪ ਕਿਹੋ ਜਿਹੀਆਂ ਗੱਲਾਂ ਕਰਨ ਡੀਆਂ ਤੂੰ? ਇੰਨਾ ਖੁੱਲ੍ਹਾ ਘਰ ਛੱਡ ਕੇ ਤਾਂ ਸ਼ਹਿਰ 'ਚ ਰੈਂਟ 'ਤੇ ਘਰ ਲੈਣਾ। ਮੈਂ ਕਹਿ ਰਿਹਾ ਤੁਹਾਨੂੰ ਘਰ ਨੂੰ ਵੇਚਣ ਲਈ ਕਹਿਣ ਡੀ ਹਾਂ, ਰੈਂਟ 'ਤੇ ਲੈਣ ਲਈ ਕਹਿਣ ਡੀ ਹਾਂ, ਉਹ ਵੀ ਜਿੰਨਾ ਚਿਰ ਕੋਰਸ ਨਹੀਂ ਆਉਣ ਡਿਆ। ਫਿਰ ਆਪਾਂ ਇੱਥੇ ਆ ਹੀ ਜਾਣਾ ਵਾ, ਜੇ ਕਿਤੇ ਜੋਬ ਲੱਗ ਗਈ ਤਾਂ ਆਪਾਂ ਲਾਗੇ ਸਾਗੇ ਕਿਤੇ ਬਦਲੀ ਕਰਾ ਲਾਂਗੇ। ਯਾਰ ਕੀ ਕਰੀਏ ਹੁਣ, ਕੀ ਗੱਲਾਂ ਕਰਨ ਡੇ ਹੋ? ਮੰਮੀ ਗੱਲ ਕੀ ਕਰਨੀ ਆ, ਉਹ ਕਹਿਣ ਡੀ ਵੀ ਕਾਲਜ ਜਾਣ 'ਚ ਮੈਨੂੰ ਘੰਟਾ ਲੱਗ ਜਾਂਦਾ, ਘੰਟਾ ਆਉਣ ਅਤੇ ਘੰਟਾ ਜਾਣ, ਦੋ ਘੰਟੇ ਖਰਾਬ ਹੋ ਜਾਂਦੇ ਮੇਰੇ। ਅਤੇ ਕਹਿਣ ਡੀ ਵੀ ਆਪਾਂ ਸ਼ਹਿਰ 'ਚ ਨਾ ਕਾਲਜ ਦੇ ਲਾਗੇ ਰੈਂਟ 'ਤੇ ਘਰ ਲੈ ਲਈਏ। ਮੁੰਡਿਆ ਤੇਰਾ ਦਿਮਾਗ ਖਰਾਬ ਹੋ ਗਿਆ ਆ, ਆਹ ਘਰ ਛੱਡ ਕੇ ਐਡਾ ਵੱਡਾ ਅਤੇ ਜਾ ਕੇ ਤਾਂ ਕਿਰਾਇਆ 'ਤੇ ਰਹਿਣਾ ਆ। ਸ਼ਹਿਰਾਂ 'ਚ ਤਾਂ ਮਾਸਾ ਮਾਸਾ ਘਰ ਹੁੰਦੇ ਆ ਅਤੇ ਪਿੰਡਾਂ 'ਚ ਤਾਂ ਸਾਨੂੰ 100 ਸਹੂਲਤਾਂ ਆ। ਮੰਮੀ ਥੋੜ੍ਹੇ ਟਾਈਮ ਦੀ ਤਾਂ ਗੱਲ ਆ, ਮੇਰੇ ਬਾਰੇ ਵੀ ਸੋਚਣਾ। ਹੁਣ ਸਾਰਾ ਕੰਮ ਮੈਂ ਕਰਕੇ ਜਾਂਦੀ ਹਾਂ, ਫਿਰ ਆ ਕੇ ਸਟੱਡੀ ਕਰਿਆ ਟਾਈਮ ਕਰਾਂ ਮੈਂ। ਮੈਂ ਤੈਨੂੰ ਪਹਿਲੇ ਮਨਾ ਕੀਤਾ ਸੀ ਵੀ ਨਾ ਕਰ। ਚੱਲ ਮੰਮੀ ਜੇ ਕਹਿਣ ਡੀ ਆ ਨਾ ਤਾਂ ਲੈ ਲੈਂਦੇ ਹਾਂ ਘਰ, 3 ਸਾਲ ਦੀ ਤਾਂ ਗੱਲ ਹੈ ਸਾਰੀ, ਮੁੜ ਕੇ ਬਾਅਦ ਫਿਰ ਇੱਥੇ ਹੀ ਆਉਣਾ। ਲੱਗ ਗਿਆ ਨਾ ਤੂੰ ਉਹਦੇ ਮਗਰ, ਘਰ ਆਪਣੀ ਮਰਜ਼ੀ। ਮੰਮੀ ਤਾਂ ਮੰਨਦੇ ਨਹੀਂ ਪਏ। ਚੱਲ ਕੋਈ ਗੱਲ ਨਹੀਂ, ਵੇਖਦੇ ਹਾਂ ਯਾਰ, ਕਰਦਾ ਮੰਮੀ ਨਾਲ ਮੈਂ ਗੱਲ, ਲੈ ਲਾਂਗੇ। ਠੀਕ ਆ, ਥੈਂਕ ਯੂ। ਤੂੰ ਆਪਣੀ ਪੜ੍ਹਾਈ ਵੱਲ ਧਿਆਨ ਦੇ। ਠੀਕ ਹੈ, ਤਾਂ ਇੱਕ ਵਾਰੀ ਮੰਮੀ ਨਾਲ ਗੱਲ ਕਰੋ ਪਲੀਜ਼। ਹਾਂ ਮੈਂ ਹੁਣੇ ਕਰਦਾ। ਚੱਲ ਆ ਵੀ ਵਧੀਆ ਹੋਇਆ, ਘਰ ਲੱਗ ਗਿਆ ਮਿਲ ਗਿਆ ਕਾਲਜ ਦੇ, ਕਿੱਥੇ ਮੈਨੂੰ ਘੰਟਾ ਘੰਟਾ ਵੇਟ ਕਰਨੀ ਪੈਂਦੀ ਸੀ। ਪਹਿਲਾਂ ਬੱਸਾਂ ਦੀ ਵੇਟ ਕਰੋ, ਫਿਰ ਬੱਸਾਂ 'ਚ ਧੱਕੇ ਖਾਓ, ਫਿਰ ਕਿਤੇ ਘਰ ਪਹੁੰਚੋ। ਇੱਥੇ ਤਾਂ ਨਜ਼ਾਰੇ ਆ, ਮਿੰਟਾਂ 'ਚ ਆ ਜਾਏਗਾ ਘਰ। ਹਾਂ ਮੰਮੀ ਕਿੱਥੇ ਹੋਣਾ ਹੁਣ? ਬਸ ਮੰਮੀ ਮੰਨ ਜਾਏ ਇੱਥੇ ਰਹਿਣ ਲਈ, ਉਹ ਹੋਣਾ ਵੀ ਕਿਤੇ ਕਿਤੇ, ਮਿੱਠੀ ਪਿਆਰੀ ਹੋ ਕੇ ਹੁਣ ਰਹਿ ਲੈਂਦੀ ਇੱਥੇ। ਚੱਲ ਜਿੰਨਾ ਚਿਰ ਕੋਰਸ ਨਹੀਂ ਪੂਰਾ ਹੁੰਦਾ ਨਾ, ਜੀ ਕਰਨਾ ਪੈਣਾ ਮੰਮੀ ਨੂੰ, ਕਿਉਂਕਿ ਜੇ ਮੰਮੀ ਨਾ ਮੰਨੀ ਇੱਥੇ ਰਹਿਣ ਲਈ, ਮਹੀਨੇ ਬਾਅਦ ਬਦਲ ਗਈ ਫਿਰ ਮੇਰਾ ਕੀ ਹੋਣਾ ਵਾ? ਹਜੇ ਟਾਈਮ ਤਾਂ ਵਾਧੂ ਪਿਆ ਵਾ, ਤਾਂ ਰੈਸਟ ਹੀ ਕਰ ਲੈਂਦੀ ਹਾਂ। ਅੱਗੇ ਵੀ ਤਾਂ 9 ਵਜੇ 6 ਵਜੇ ਕੰਮ ਕਰਦੀ ਸੀ, ਤਾਂ ਹੁਣ ਵੀ 6 ਵਜੇ ਕਰਾਂਗੀ, ਮੈਨੂੰ ਕੀ ਹੋਣ ਡਿਆ? ਇਸੇ ਕਰਕੇ ਮੈਂ ਆਈ ਹਾਂ ਸੈਰ 'ਚ। ਟੀ ਵੀ ਵੇਖਦੇ ਹਾਂ, ਰਿਮੋਟ ਕਿੱਥੇ ਆ? ਸੰਦੀਪ ਹੁਣ ਤੂੰ ਆ ਕੇ ਲੰਮੇ ਪੈ ਗਈ ਆ, 4 ਵੱਜ ਗਏ ਆ, ਉੱਠ ਜਾ, ਹੁਣ ਕਾਹਦੀ ਥਕਾਵਟ ਹੋ ਗਈ ਤੈਨੂੰ? ਹੁਣ ਤਾਂ ਸ਼ਹਿਰ ਆ ਗਏ ਤੇਰੇ ਕਹਿਣ 'ਤੇ ਅਸੀਂ। ਤਾਂ ਫਿਰ ਕੀ ਹੋ ਗਿਆ 4 ਵੱਜ ਗਏ ਤਾਂ? ਮੰਮੀ ਜੀ ਅੱਗੇ ਵੀ ਤਾਂ ਮੈਂ ਲੇਟ ਹੀ ਹੋਣੀ ਸੀ, ਤਾਂ ਹੁਣ ਸਗੋਂ ਮੈਨੂੰ ਟਾਈਮ ਮਿਲਿਆ ਰੈਸਟ ਕਰਨ ਦਾ, ਤਾਂ ਰੈਸਟ ਵੀ ਨਾ ਕਰਾਂ ਹੁਣ ਮੈਂ? ਜਾ ਚਾਹ ਦਾ ਟਾਈਮ ਹੋਇਆ, ਚਾਹ ਬਣਾ ਲਾ ਕੱਪ। ਤਾਂ ਅੱਗੇ ਜਦੋਂ 6 ਵਜੇ ਆਉਂਦੀ ਸੀ ਉਦੋਂ ਕੌਣ ਚਾਹ ਬਣਾਉਂਦਾ ਸੀ? ਉਦੋਂ ਵੀ ਤਾਂ ਆਪੇ ਬਣਾ ਕੇ ਪੀਂਦੇ ਸੀ, ਤਾਂ ਪੀ ਲਓ ਹੁਣ ਵੀ। ਹੁਣ ਤੂੰ ਟਾਈਮ ਨਾਲ ਆ ਗਈ ਆ ਨਾ, ਤੂੰ ਬਣਾ ਚਾਹ, ਉੱਠ ਕੇ ਤਾਂ ਜਾ ਚਾਹ ਬਣਾ। ਮੈਨੂੰ ਨਾ ਥੋੜ੍ਹੀ ਦੇਰ ਰੈਸਟ ਕਰ ਲੈਂਦਾ, ਮੈਂ ਇਸ ਕਰਕੇ ਨਹੀਂ ਇੱਥੇ ਆਈ ਹੈਗੀ ਕਿ ਆਉਂਦੀ ਫਿਰ ਕੰਮ ਲੱਗ ਜਾ। ਸੈਰ ਮੈਂ ਇਸੇ ਕਰਕੇ ਆਈ ਹਾਂ ਕਿ ਆਪਣੇ ਵਾਸਤੇ ਵੀ ਟਾਈਮ ਕੱਢ ਲਾਂ। ਪਹਿਲਾਂ ਤਾਂ ਆਉਂਦੀ ਬਸ ਕੰਮ ਕਰਦੇ ਹੀ ਕੰਮ ਕਰਦੇ, ਜਾਂਦੀ ਨੇ ਵੀ ਕੰਮ ਕਰਨਾ, ਆਉਂਦੀ ਨੇ ਵੀ ਕੰਮ ਕਰਨਾ, ਕੰਮ ਹੀ ਲੱਗੀ ਰਹੀ ਸੀ ਮੈਂ। ਅਤੇ ਕੰਮ ਤਾਂ ਹੁਣ ਵੀ ਤੈਨੂੰ ਕਰਨਾ ਹੀ ਪੈਣਾ ਆ, ਭਾਵੇਂ ਤੂੰ ਸ਼ਹਿਰ ਚੱਲ ਜਾ, ਜਿੱਥੇ ਮਰਜ਼ੀ ਚੱਲ ਜਾ, ਕੰਮ ਤੂੰ ਹੀ ਕਰਨਾ ਆ। ਕੰਮ ਮੈਂ ਕਰਦਾਂਗੀ ਪਰ ਆਪਣੇ ਟਾਈਮ ਨਾਲ ਕਰਨਾ। ਹਾਏ ਹਾਏ ਕੀ ਕਰਾਂ ਮੈਂ ਮੰਮੀ ਦਾ, ਕਿਤੇ ਟੀ ਵੀ ਵੀ ਨਹੀਂ ਵੇਖਣ ਦਿੰਦੇ ਹੈਗੇ, ਇਹਨਾਂ ਕੋਲ ਤਾਂ ਬੈਠੀ ਵੇਖੀ ਨਹੀਂ ਨਾ ਜਾਂਦੀ। ਕੀ ਕਰਾਂ ਹੁਣ, ਜੀ ਤਾਂ ਕਰਨੀ ਪੈਣੀ ਆ। ਜੇ ਮੰਮੀ ਰੁੱਸ ਗਈ ਨਾ ਤਾਂ ਕਿਤੇ ਤਜਿੰਦਰ ਨੂੰ ਫਿਰ ਨਾ ਕਹਿ ਦੇ ਕਿ ਚੱਲੀਏ ਪਿੰਡ ਹੀ ਆਪਾਂ, ਪੁੱਛਦੀ ਆ ਹੁਣ। ਚੱਲ
ਚਾਹ ਬਣਾ ਕੇ ਦੇਣੀ ਪੈਣੀ ਆ। ਮੰਮੀ ਕੀ ਗੱਲ ਹੋਈ, ਕੀ ਸੋਚੀ ਪਏ ਜੇ? ਸੋਚਣਾ ਕੀ, ਕੁਛ ਨੀ, ਕੁਛ ਤਾਂ ਸੋਚਣ ਦੇ ਜੇ। ਮੈਂ ਨਾ ਤੁਹਾਨੂੰ ਇੱਕ ਗੱਲ ਕਹਿਣ ਆਈ ਸੀ ਕਿ ਸ਼ਹਿਰ ਵਾਲਾ ਘਰ ਵੇਖੋ, ਸਾਨੂੰ ਕਿੰਨਾ ਸੋਹਣਾ ਮਿਲ ਗਿਆ ਵਾ, ਅਤੇ ਨਾਲੇ ਲਾਗੇ ਦਾ ਲਾਗੇ ਕੋਲਜ ਦੇ, ਕਿੰਨਾ ਫਾਇਦਾ ਹੋ ਗਿਆ ਇਹ 'ਚ। ਤੁਸੀਂ ਤਾਂ ਬਸ ਜਿੱਦ ਫਰੀ ਸੀ, ਮੈਂ ਨਹੀਂ ਜਾਣਾ, ਮੈਂ ਨਹੀਂ ਜਾਣਾ। ਫਾਇਦਾ ਤੈਨੂੰ ਹੋਇਆ ਆ, ਸਾਨੂੰ ਥੋੜ੍ਹੀ। ਸਾਡੇ ਤਾਂ ਖਰਚੇ ਵੱਧ ਗਏ ਆ ਸ਼ਹਿਰ ਆ ਕੇ, ਤੂੰ ਆਪਣਾ ਹੀ ਫਾਇਦਾ ਸੋਚਦੀ ਆ, ਕਿਸੇ ਦਾ ਥੋੜ੍ਹੀ। ਕਾਹਦੇ ਖਰਚੇ ਵੱਧ ਗਏ ਤੁਹਾਡੇ? ਇਹ ਵੀ ਤਾਂ ਦੇਖੋ ਨਾ, ਉੱਥੇ ਬੱਸ ਦਾ ਕਿਰਾਇਆ ਕਿੰਨਾ ਹੁੰਦਾ ਸੀ। ਤੁਸੀਂ ਤਾਂ ਫਿਰ ਆਪਣਾ ਹੀ ਸੋਚਦੇ ਜੇ, ਆਉਣਾ ਜਾਣਾ ਮੈਨੂੰ ਪਤਾ ਕਿੰਨਾ ਟਾਈਮ ਲੱਗ ਜਾਂਦਾ ਸੀ, ਫਿਰ ਘੰਟਾ ਘੰਟਾ ਮੇਰਾ ਉੱਥੇ ਖਰਾਬ ਹੁੰਦਾ ਸੀ, ਅਤੇ ਮੁੜ ਕੇ ਘਰ ਆ ਕੇ ਫਿਰ ਕੰਮ ਲੱਗੀ ਰਹਿੰਦੀ ਸੀ ਮੈਂ। ਉਹ ਤਾਂ ਮੈਨੂੰ ਵੀ ਪਤਾ ਨਾ ਮੈਂ ਕਿੱਦਾਂ ਕੰਮ ਕਰਦੀ ਸੀ। ਅਤੇ ਕੰਮ ਤਾਂ ਹੁਣ ਵੀ ਤੈਨੂੰ ਕਰਨਾ ਹੀ ਪੈਣਾ ਆ, ਹੁਣ ਕਿਹੜਾ ਕੰਮ ਨਹੀਂ ਕਰਨਾ ਤੂੰ? ਮੈਂ ਕਿਹੜਾ ਮਨਾ ਕੀਤਾ ਮੰਮੀ ਜੀ, ਕਰ ਲਾਂਗੇ ਕੰਮ, ਵੀ ਆਉਣਾ ਸੋਚ ਜਾਇਆ ਕਰੋ। ਨਾਲੇ ਮੰਮੀ ਜੀ, ਜਦੋਂ ਮੈਨੂੰ ਨੌਕਰੀ ਮਿਲ ਗਈ ਤਾਂ ਪੈਸੇ ਮੈਂ ਤੁਹਾਨੂੰ ਦਿਆ ਕਰਨੇ ਆ, ਉਹ ਫਿਰ ਮੈਂ ਆਪਣੇ ਕੋਲ ਰੱਖਣੇ ਜਾਂ ਆਪਣੇ ਪੇਕੇ ਦੇ ਦੇਣੇ ਆ, ਤੁਹਾਨੂੰ ਦਿਆ ਕਰੂੰਗੀ। ਉਹ ਤਾਂ ਮੈਂ ਬਾਅਦ 'ਚ ਹੀ ਵੇਖੂੰਗੀ ਵੀ ਤੂੰ ਕਿਹਨੂੰ ਦੇਣੇ ਆ ਪੈਸੇ। ਮੰਮੀ ਬਹੁਤਾ ਨਾ ਸੋਚਿਆ ਕਰੋ ਇੰਨਾ, ਜਿੱਦਾਂ ਜਿੱਦਾਂ ਤੁਸੀਂ ਕਹਿੰਦੇ ਜੀ ਮੈਂ ਮੰਨਦੀ ਤਾਂ ਹੈਗੀ ਤੁਹਾਡੀਆਂ ਸਾਰੀਆਂ ਗੱਲਾਂ, ਹੁਣ ਤੁਸੀਂ ਤਾਂ ਮੰਨੋ ਨਾ ਥੋੜ੍ਹੀ ਬਹੁਤ। ਮੈਂ ਕਿੱਦਾਂ ਜਾਇਆ ਕਰੂੰਗੀ ਘੰਟਾ ਘੰਟਾ ਪਹਿਲੇ? ਚੱਲ ਠੀਕ ਆ, ਜਾ ਬਣਾ ਲਾ ਚਾਹ ਪਾਣੀ ਕੋਈ। ਠੀਕ ਆ, ਬਣਾ ਲੈਂਦੀ। ਸ਼ਹਿਰ 'ਚ ਆ ਤਾਂ ਗਈ ਹਾਂ ਹੁਣ, ਪਰ ਇੱਥੇ ਰਹਿਣਾ ਬਹੁਤ ਮੁਸ਼ਕਿਲ ਆ। ਮੰਮੀ ਨੇ ਤਾਂ ਗੱਲ ਗੱਲ 'ਤੇ ਕਹਿਣਾ ਪਿੰਡ ਚੱਲ ਜਾਈਏ, ਪਿੰਡ ਚੱਲ ਜਾਈਏ, ਪਰ ਪਿੰਡ ਨਹੀਂ ਜਾਣਾ ਹੁਣ ਮੈਂ, ਕੰਮ ਭਾਵੇਂ ਜਿੱਦਾਂ ਮਰਜ਼ੀ ਕਰਾਂ। ਬਣ ਗਈ ਚਾਹ। ਹੈਲੋ ਚਾਹ। ਤੂੰ ਨਹੀਂ ਪੀਣੀ ਚਾਹ? ਨਹੀਂ, ਮੈਂ ਇੱਕੋ ਕੱਪ ਬਣਾਈ ਤੁਹਾਡੇ ਵਾਸਤੇ। ਸੰਦੀਪ, ਆ ਜ਼ਹਿਰ ਮਿੱਠਾ ਕੀਤਾ ਤੂੰ, ਚਾਹ ਬਣਾਈ ਆ ਏ? ਮੰਮੀ ਮੈਂ ਚਾਹ ਨਾ ਚੈੱਕ ਕਰਕੇ ਵੇਖੀ ਆ, ਅਤੇ ਇੰਨੀ ਮਿੱਠੀ ਨਹੀਂ ਹੈਗੀ ਜਿੰਨੀ ਤੁਸੀਂ ਕਹਿੰਦੇ। ਇਹਦੇ ਨਾਲ ਤਾਂ ਨਾ ਹੀ ਬਣਾਉਂਦੀ ਤੂੰ, ਤਾਂ ਫੇਰ ਹੀ ਤਾਂ ਬਣਾ ਲੈਂਦੇ ਫਿਰ ਆਪੇ ਹੀ। ਇੱਕ ਮੈਂ ਤੁਹਾਡੇ ਕਰਕੇ ਆਪਣਾ ਨਾਟਕ ਛੱਡ ਕੇ ਆਈ, ਪਤਾ ਨਾ ਵੇਖਣ ਨਹੀਂ ਸੀ। ਤੂੰ ਇੱਕ ਨਾਟਕ ਛੱਡਿਆ ਨਾ, ਮੈਂ ਪੂਰਾ ਘਰ ਛੱਡ ਕੇ ਆਈ ਹਾਂ ਏਡਾ ਵੱਡਾ। ਮੰਮੀ ਤੁਹਾਨੂੰ ਨਾ ਵੈਸੇ ਆਦਤ ਪਈ ਆ ਮੈਨੂੰ ਨੁੱਕਾ ਟੋਕੀ ਕਰਨ ਦੀ, ਤੁਹਾਨੂੰ ਤਾਂ ਬਸ ਬਹਾਨਾ ਚਾਹੀਦਾ ਵਾ, ਤਾਂ ਬਸ ਹੋ ਜਾਂਦੇ ਮੇਰੇ ਦੁਆਲੇ। ਚਾਹ ਮੈਂ ਪੀ ਕੇ ਵੇਖੀ ਹੈ, ਚੰਗੀ ਭਲੀ ਆ। ਨਹੀਂ ਮੈਂ ਪਾਗਲ ਹੈ ਜਿਹੜੀ ਮੈਂ ਤੈਨੂੰ ਕਹਿਣ ਦੀ ਪਈ ਇੰਨੀ ਮਿੱਠੀ ਚਾਹ ਬਣਾਤੀ ਆ ਤੂੰ? ਅਤੇ ਮੰਮੀ ਪਾਗਲ ਮੈਂ ਵੀ ਨਹੀਂ ਹੈਗੀ, ਮੈਂ ਨਾ ਆਪਣੇ ਹਿਸਾਬ ਨਾਲ ਚਾਹ ਬਣਾਈ ਸੀ, ਮੈਨੂੰ ਪਤਾ ਮਿੱਠਾ ਕਿੰਨਾ ਪੈਂਦਾ ਚਾਹ 'ਚ। ਤੈਨੂੰ ਇਹ ਨਹੀਂ ਪਤਾ ਇੱਕ ਕੱਪ 'ਚ ਕਿੰਨਾ ਮਿੱਠਾ ਪੈਂਦਾ ਆ? ਤਾਂ ਆਪੇ ਬਣਾ ਕੇ ਤਾਂ ਪੀ ਲਓ ਫਿਰ, ਮੇਰਾ ਕਿਉਂ ਟਾਈਮ ਵੇਸਟ ਕਰਦੇ ਪਏ ਜੇ? ਮਹਾਂ ਕਿਤੇ ਮੈਂ ਰੈਸਟ ਕਰਨੀ ਅੱਜ, ਉਹ ਵੀ ਨਹੀਂ ਤੁਹਾਡੇ ਕੋਲ ਵੇਖੀ ਜਾਂਦੀ। ਬਸ ਮੇਰੇ ਅੱਗੇ ਨਾ ਤੈਨੂੰ ਜ਼ਬਾਨ ਹੀ ਚਲਾਉਣੀ ਆਉਂਦੀ ਆ, ਉਹੋ ਜਿਹਾ ਮੁੰਡਾ ਆ ਝੁੱਡੂ ਜਿਹੜਾ ਤੂੰ ਮਗਰ ਲਾ ਲਿਆ ਆ, ਉਹ ਵੀ ਚੁੱਕ ਤੇ ਸ਼ਹਿਰ 'ਚ ਆ ਗਿਆ ਆ। ਨਹੀਂ ਮਗਰ ਲਾਉਣ ਵਾਲੀ ਕਿਹੜੀ ਗੱਲ ਇਹ 'ਚ ਮੰਮ ਜੀ, ਤੁਹਾਡਾ ਮੁੰਡਾ ਵੀ ਚੰਗੀ ਤਰ੍ਹਾਂ ਜਾਣਦਾ ਕਿ ਅੱਜ ਕੱਲ੍ਹ ਮਹਿੰਗਾਈ ਦੇ ਜ਼ਮਾਨੇ ਵਿੱਚ ਨਾ ਦੋਵੇਂ ਜੀ ਘਰ ਚਲਾਉਣ ਨਾ ਫਿਰ ਹੀ ਘਰ ਚੱਲਦੇ ਆ, ਜਦੋਂ ਪੈਸੇ ਆਏ ਨਾ ਤਾਂ ਤੁਹਾਡੇ ਹੱਥ ਵਿੱਚ ਹੀ ਦੇਣੇ ਮੈਂ। ਆਹੋ ਤੇਰੀ ਤਾਂ ਵੱਟ 'ਤੇ ਨੌਕਰੀ ਪਈ ਆ ਨਾ, ਤੂੰ ਤਾਂ ਬਸ ਨੌਕਰੀ ਦੀਆਂ ਧਮਕੀਆਂ ਮੈਨੂੰ ਦਿੰਦੀ ਰਹਿੰਦੀ ਆ, ਜਦੋਂ ਮਿਲੂਗੀ ਨਾ ਉਦੋਂ ਵੇਖ ਲਾਂਗੇ। ਤਾਂ ਮੰਮੀ ਜੀ ਤੁਸੀਂ ਮੈਨੂੰ ਪੜ੍ਹਨ ਦਿਓਗੇ ਤਾਂ ਫਿਰ ਹੀ ਨੌਕਰੀ ਮਿਲੂਗੀ ਨਾ? ਇੱਦਾਂ ਤਾਂ ਨੌਕਰੀ ਮਿਲ ਚੱਲੀ ਵੀ ਕੰਮ ਕਰੀ ਜਾ ਨਾਲ ਨਾਲ, ਤਾਂ ਪਰ ਮਸਾਂ ਨਾ ਟੈਸਟ ਦੇਣਾ ਅੱਗੋਂ ਮੈਂ, ਨੌਕਰੀ ਕਿਤੇ ਸੌਖੀ ਨਹੀਂ ਹੁੰਦੀ ਮਿਲਣੀ।
ਮੈਨੂੰ ਨੌਕਰੀ ਵਾਲੀ ਨਹੀਂ ਸੀ ਚਾਹੀਦੀ, ਮੈਨੂੰ ਘਰ ਦਾ ਕੰਮ ਕਰਨ ਵਾਲੀ ਚਾਹੀਦੀ ਸੀ, ਪਰ ਫਿਰ ਵੀ ਅਸੀਂ ਤੇਰੀ ਗੱਲ ਸਾਰੀ ਮੰਨ ਲਈ ਆ। ਮੁੰਡੇ ਨੇ ਤਾਂ ਉਸੇ ਵੇਲੇ ਤੂੰ ਮਗਰ ਲਾ ਲਿਆ ਹੁੰਦਿਆ, ਪਤਾ ਨਹੀਂ ਕੀ ਉਹਨੂੰ ਪੜ੍ਹਾਤਾ ਪੱਟੀ। ਮੰਮੀ ਮਗਰ ਲਾਉਣ ਵਾਲੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇਹ 'ਚ ਕੋਈ ਗੱਲ ਨਹੀਂ ਹੈਗੀ, ਤੁਸੀਂ ਨਾ ਇਹ ਵਹਿਮ ਕੱਢ ਦਿਓ ਆਪਣੇ ਮਨ 'ਚੋਂ ਕਿ ਮੈਂ ਤੁਹਾਡੇ ਮੁੰਡੇ ਨੂੰ ਮਗਰ ਲਾਇਆ ਵਾ। ਜਾ ਨਹੀਂ ਜਾ, ਮੇਰਾ ਸਿਰ ਨਾ ਖਾ ਜਾ ਕੇ ਉੱਧਰ ਕੰਮ ਕਰ ਜਾ ਕੇ। ਇੰਨੇ ਜਵਾਬ ਸਵਾਲ ਇਹ ਕਰਦੀ ਆ ਨਾ, ਕੋਈ ਹਿਸਾਬ ਹੀ ਨਹੀਂ। ਆ ਮੁੰਡੇ ਨੇ ਸਿਰ 'ਤੇ ਚੜ੍ਹਾਈ ਆ, ਇਹਨੂੰ ਤਾਂ ਕਹਿਣ ਦਾ ਕੋਈ ਫਾਇਦਾ ਹੀ ਨਹੀਂ ਆ। ਇਹਦੇ ਨਾਲ ਤਾਂ ਚਾਹ ਮੈਂ ਆਪੇ ਬਣਾ ਕੇ ਪੀ ਲਾਂ ਤਾਂ ਆਇਆ, ਇੱਕ ਕੱਪ ਚਾਹ ਵੀ ਕਿਤੇ ਬਣਾਉਣੀ ਇਹਨੂੰ ਮੇਰੀ ਦੁੱਖਦੀ ਆ। ਨੌਕਰੀ ਨੌਕਰੀ ਬਸ ਸੁਣਾਉਂਦੀ ਰਹਿੰਦੀ ਆ, ਨੌਕਰੀ ਇਹਨੂੰ ਮਿਲ ਗਈ ਇਹਦੀ ਤਾਂ ਹਵਾ ਹੋਰ ਉੱਚੀ ਹੋ ਜਾਣੀ ਆ, ਫਿਰ ਇਹ ਪੁੱਛਣ ਡੀ ਆ ਮੇਰੇ ਵਰਗੀ ਨੂੰ, ਕਦੀ ਵੀ ਨਾ ਪੁੱਛੇਗੀ। ਆ ਗਏ ਜੇ? ਆਹੋ ਮੰਮੀ, ਤੇ ਮੰਮੀ ਬੂਆ ਖੁੱਲਾ ਛੱਡਿਆ, ਬੂਆ ਤੈਨੂੰ ਕਿੰਨੀ ਵਾਰੀ ਕਿਹਾ ਢੋਕ ਰੱਖਿਆ ਕਰ। ਮੈਂ ਇੱਥੇ ਹੀ ਬੈਠੀ ਸੀ ਬਾਹਰ ਹੀ, ਖਿਆਲ ਹੀ ਮੇਰਾ, ਮੈਂ ਤੇ ਅੰਦਰ ਗਈ ਸੀ ਜਰਾ ਪਾਣੀ ਪੀਣ। ਅੱਛਾ ਅੱਛਾ, ਪਾਣੀ ਪੀਣਾ ਜੇ? ਆਹੋ ਮੰਮੀ ਲੈ ਆਈ ਆ ਘੁੱਟ ਕ। ਤਜਿੰਦਰ ਰੁਕਿਓ, ਮੇਰੀ ਗੱਲ ਸੁਣਿਓ। ਤੁਹਾਨੂੰ ਮੈਂ ਫੀਸ ਦਾ ਕਿਹਾ ਸੀ, ਕਿੱਦਾਂ ਕਿਤੇ ਪਤਾ? ਲਾਸਟ ਡੇਟ ਆ, ਕੱਲ੍ਹ ਦਾ ਦਿਨ ਰਹਿ ਗਿਆ ਬਸ। ਯਾਰ ਪੈਸੇ ਹਜੇ ਮੇਰੇ ਕੋਲ ਤਾਂ ਹੈਗੇ ਨਹੀਂ ਆ, ਫੀਸ ਵੀ ਕੜੀ ਥੋੜ੍ਹੀ ਜਾਣੀ ਆ। ਤਾਂ ਫਿਰ ਕਿਸੇ ਕੋਲ ਮੰਗ ਲਓ ਨਾ, ਕਰੋ ਪਤਾ ਕਿਤੇ, ਕੱਲ੍ਹ ਦਾ ਦਿਨ ਰਹਿ ਗਿਆ, ਜੇ ਫੀਸ ਨਾ ਦਿੱਤੀ ਤਾਂ ਉਹਨਾਂ ਇਗਜ਼ਾਮ 'ਚ ਨਹੀਂ ਬੈਠਣ ਦੇਣਾ। ਸਟੱਡੀ ਕਰਕੇ ਤਾਂ ਤਜਿੰਦਰ ਆਪਾਂ ਇੱਥੇ ਆਏ ਹਾਂ, ਅਤੇ ਜੇ ਇਹਨਾਂ ਕੁਝ ਕਰਕੇ ਵੀ ਅਗਲਿਆਂ ਨੇ ਇਗਜ਼ਾਮ 'ਚ ਨਾ ਬੈਠਣ ਦਿੱਤਾ ਤਾਂ ਕੀ ਫਾਇਦਾ ਫਿਰ ਇੱਥੇ ਆਉਣ ਦਾ? ਯਾਰ ਕਰਦਾ ਹੁਣ ਕੁਛ ਨਾ ਕੁਛ, ਮੈਨੂੰ ਤਾਂ ਪਤਾ ਨਹੀਂ ਲੱਗਦਾ 6 ਮਹੀਨੇ ਕਦੋਂ ਲੰਘ ਗਏ ਆ। ਹੁਣ ਤਾਂ ਜੇ ਐਡਮਿਸ਼ਨ ਫੀਸ ਦਿੱਤੀ ਸੀਗੀ, ਹੁਣ ਫਿਰ ਅਗਲੇ ਸਮੈਸਟਰ ਦੀ ਫੀਸ ਆ ਗਈ ਆ। ਹੁਣ ਕੁਝ ਨਾ ਕੁਝ ਤਾਂ ਕਰਨਾ ਹੀ ਪੈਣਾ ਨਾ ਸਟੱਡੀ ਕੰਪਲੀਟ ਕਰਨ ਵਾਸਤੇ। ਜੇ ਨਹੀਂ ਤੁਹਾਡੇ ਕੋਲ ਪੈਸੇ ਹੈਗੇ ਫਿਰ ਮੈਂ ਸਟੱਡੀ ਛੱਡ ਦਿੰਦੀ ਹਾਂ, ਹੋਰ ਤਾਂ ਕੋਈ ਹੱਲ ਹੈਗਾ ਨਹੀਂ ਆ। ਯਾਰ ਸਟੱਡੀ ਨਾ ਛੱਡੀ ਤੂੰ, ਮੈਂ ਕਰਦਾ ਕੋਈ ਨਾ ਕੋਈ ਇੰਤਜ਼ਾਮ।